रंग बिरंगी धरती आ, बन सबने रंग ने, ते उत्थे गायकी दे भी रंग ने, गायकी दे फन ने। तंती साज आ, तंती मतलब तारा वाले पंजाब च, इन्हों तंती साज, जिन्होंने तारा पई होंगे उन्होंने तंती साज कहते हैं। नाम की है? रावण था। रावण था, रावण था, था। किन्ने साल हो गए? छोटे से लगे थे। छोटे से ही लगे। बन जाने बस 800-900 रुपया रोज बन जाता। तेरी फैमिली नाल आ, तेरी फैमिली घर वाली नाल आ। फैमिली तो ये फैमिली तो नाल ही रहती है। नाल रहती है। ये तो बच्चियां करके कर रहे हैं ना, मजबूरियां। मजबूरी है बच्चे ले के आ रहे हैं। बच्चियां करके ही गा रहे हैं। विष्णु बाई है, कलाकारी अंदर कुट कुट के भरी हुई है विष्णु बाई दे, ते भाई राजस्थान चो आया है ना। मेलिया च अक्सर गाना तू, मैं दस दया घोड़िया का मेला लग्या हो जगराओं पशु मेला, उत्थे भाई आया होया, आले दुआले घोड़े भी ने, पर अपनी गायकी का फन जिहड़ा वा वो दिखा रहा, गायकी का जौहर दिखा रहा। कोई कोई मिल जाते, कोई गाने वाला कलाकार होता है ना, तो फिर मिल जाते, वो गाना गाते उसके साथ में जाते हैं। पर दुआ करते हैं भी तेनू कोई वीडियो च देखे, ते तेरा कोई बाह फड़े, कोई म्यूजिशियन ही फड़ लवे है ना, भी तू वधिया साज बजाउना, ते गाउण च नहीं तां बजाउण च भी सही है ना, पर तेरे कोले दोन्ही जिहड़े कलावां ने ना पूरा संपूर्ण आ, तो भाई मेरे बनी हो तां डेली पोस्ट पंजाबी देख रहे हो तुसी, मैं मनजोत माजरा तुहाडा स्वागत करदा। रंग बिरंगी धरती आ, बन सबने रंग ने, ते उत्थे गायकी दे भी रंग ने, गायकी दे फन ने। ये गायकी जिहड़ी आ करके वड्डे वड्डे कलाकार जिहड़े ने वह भी पैसे मंगदे आ, पर उन्हां दा नाम हो जांदा, वह टीवी ते आ जांदे आ, मंगदे वह भी ने पैसे, पर यह बाई दा जिहड़ा वा वक्खरा रंग आ, पेट पालन दे लई बाई फैमिली भी नाल आ, ते उत्थे गाना गा रहा माँ हुंदी है माँ ओ दुनिया वालियो, ते असी कहांगे एक अद्धा रंग होर बाई छेड़ माड़ा जा, फिर तेरे नाल गलबात भी करांगे, जिहड़ा मर्जी ला, जिहड़ा तेरा दिल करदा।
ਸਿੱਧੂ ਮੂਸੇ ਵਾਲਾ ਦਾ ਗਾਣਾ ਹੈ 295 ਇਹ ਤੋਂ ਪਹਿਲਾਂ ਕਿਹੜਾ ਗਾਇਆ ਸੀ ਕਿਹਦਾ ਗਾਣਾ ਉਹ ਕੁਲਦੀਪ ਮਾਣਕ ਦਾ ਤੇ ਕਿੱਥੋਂ ਆਇਆ ਬਾਈ ਤੇਰਾ ਨਾਮ ਕੀ ਆ ਰਾਜਸਥਾਨ ਚੋਂ ਆਇਆ ਰਾਜਸਥਾਨ 'ਚ ਵੱਡੇ ਵੱਡੇ ਘਰਾਣੇ ਨੇ ਗਾਇਕੀ ਕਰਕੇ ਉਹ ਬੜੇ ਬੜੇ ਮੁਕਾਮ ਉਹਨਾਂ ਨੇ ਹਾਸਲ ਕੀਤੇ ਆ ਤੇ ਤੂੰ ਅਸੀਂ ਐਵੇਂ ਫਿਰਦੇ ਕਾਰਨ ਕੀ ਫਿਰਦੇ ਐਵੇਂ ਬਸ ਇਹ ਐਵੇਂ ਫਿਰ ਕੇ ਕਈ ਹਿੱਟ ਹੋ ਗਏ ਬੜੇ ਬੜੇ ਸਿੰਗਰ ਹੋਏ ਨੇ ਮੈਂ ਨਾਮ ਬਹੁਤ ਨੇ ਮੈਂ ਨਾਮ ਨਹੀਂ ਲਊਂਗਾ ਕਿਉਂਕਿ ਹੁਣ ਉਹ ਬਹੁਤ ਅਮੀਰ ਨੇ ਉਹ ਅਮੀਰ ਆਪਣੀ ਕਲਾ ਦੇ ਜੌਹਰ ਨਾਲ ਹੀ ਹੋਏ ਨੇ ਤੇ ਤੂੰ ਇਹ ਜੌਹਰ ਦਿਖਾ ਕੇ ਅਮੀਰ ਨਹੀਂ ਹੋਇਆ ਸਭੀ ਲੋਕਾਂ ਨੂੰ ਦਿਖਾਉਂਦੇ ਆ ਫਿਰ ਕੀ ਬਣਦਾ ਫਿਰ ਲੋਕ ਸੁਣ ਕੇ ਚਲੇ ਜਾਂਦੇ ਆ ਉਹ ਵੀ ਸੁਣ ਕੇ ਚਲੇ ਜਾਂਦੇ ਆ ਪਰ ਉਹਨਾਂ ਨੂੰ ਪੈਸੇ ਦੇ ਕੇ ਟਿਕਟਾਂ ਬੁੱਕ ਕਰਦੇ ਆ ਤੈਨੂੰ ਨਹੀਂ ਕਿਸੇ ਨੇ ਬੁੱਕ ਕੀਤਾ ਅੱਜ ਬਾਂਹ ਫੜੀ ਨਹੀਂ ਕਿਸੇ ਨੇ ਕਿਸੇ ਨੇ ਨਹੀਂ ਫੜੀ ਤੇਰੀ ਆਵਾਜ਼ ਬਹੁਤ ਵਧੀਆ ਤੇ ਗਾ ਗਾ ਕੇ ਹੋਰ ਵੀ ਪੱਕ ਗਈ ਤੇ ਰਾਜਸਥਾਨ 'ਚ ਹੋਰ ਘਰਾਣੇ ਨੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਬੜੇ ਬੜੇ ਚੱਲਦੇ ਆ ਯਾਰ ਕਿੰਨੀ ਕੁ ਉਮਰ ਆ ਰਾਜਸਥਾਨ ਮੈਂ ਇਹ ਗਾਣਾ ਵਜਾਉਣ ਦਾ ਹੀ ਕਰਦੇ ਆ ਰਾਜਸਥਾਨ ਵਿੱਚ ਤੁਸੀਂ ਗਾਣੇ ਵਜਾਉਣ ਦਾ ਹੀ ਕਰਦੇ ਹੋ ਠੀਕ ਹੈ ਤੇ ਪੰਜਾਬ 'ਚ ਆਇਆ ਤੂੰ ਕਿ ਕਿਵੇਂ ਆਇਆ ਫਿਰ ਕਿਵੇਂ ਆਉਣਾ ਹੋਇਆ ਕਈ ਦਿਨ ਹੋ ਗਏ ਆਏ ਕੋ ਮੇਲੇ ਕਰਕੇ ਆ ਗਏ ਥੇ ਮੇਲਿਆਂ 'ਚ ਅਕਸਰ ਗਾਉਣਾ ਤੂੰ ਮੈਂ ਦੱਸਦਿਆਂ ਘੋੜਿਆਂ ਦਾ ਮੇਲਾ ਲੱਗਿਆ ਹੋਇਆ ਅੱਜ ਜਗਰਾਓਂ ਪਸ਼ੂ ਮੇਲਾ ਉੱਥੇ ਬਾਈ ਆਇਆ ਹੋਇਆ ਆਲੇ ਦੁਆਲੇ ਘੋੜੇ ਵੀ ਨੇ ਪਰ ਇਹ ਆਪਣੀ ਗਾਇਕੀ ਦਾ ਫਨ ਜਿਹੜਾ ਵਾ ਉਹ ਦਿਖਾ ਰਿਹਾ ਗਾਇਕੀ ਦਾ ਜ਼ੋਰ ਦਿਖਾ ਰਿਹਾ ਤੇ ਕਿੰਨੇ ਕੁ ਪੈਸੇ ਬਣ ਜਾਂਦੇ ਆ ਵੀਰ ਬਣ ਜਾਂਦੇ 800-900 ਰੁਪਏ ਰੋਜ਼ ਬਣ ਜਾਂਦਾ ਤੇਰੀ ਫੈਮਿਲੀ ਨਾਲ ਆ ਤੇਰੀ ਘਰ ਵਾਲੀ ਨਾਲ ਆ ਫੈਮਿਲੀ ਤਾਂ ਨਾਲ ਹੀ ਰਹਿੰਦੀ ਆ ਨਾਲ ਰਹਿੰਦੀ ਆ ਇਹ ਤੂੰ ਬੱਚਿਆਂ ਕਰਕੇ ਕਰ ਰਿਹਾ ਹਨਾ ਮਜਬੂਰੀਆਂ ਮਜਬੂਰੀ ਆ ਬੱਚਿਆਂ ਨੂੰ ਲੈ ਕੇ ਆ ਰਿਹਾ ਸਾਰੇ ਬੱਚਿਆਂ ਕਰਕੇ ਹੀ ਗਾ ਰਿਹਾ ਕਲਾਕਾਰ ਵੀ ਬੱਚਿਆਂ ਕਰਕੇ ਗਾਉਂਦੇ ਉਹਨਾਂ ਦੀਆਂ ਵੀ ਫੈਮਿਲੀਆਂ ਨੇ ਪਰ ਉਹ ਮੋਟੇ ਪੈਸੇ ਲੈਂਦੇ ਆ ਤੇਰਾ ਸਬੱਬ ਕਿਉਂ ਨਹੀਂ ਬਣਿਆ ਉੱਥੇ ਤੱਕ ਮਿਲਿਆ ਮੁਲਿਆ ਨਹੀਂ ਕਿਸੇ ਨੂੰ ਕੋਈ ਨਹੀਂ ਮਿਲਿਆ ਮੇਰੇ ਕੋਈ ਹੋਰ ਗਾਣਾ ਆਉਂਦਾ ਘੈਂਟ ਜਿਹਾ ਜਿਹੜਾ ਗਾ ਸਕੇ ਗਾਣ ਨਾਲ ਤਾਂ ਇਹ ਆਉਂਦਾ ਮੇਰੇ ਹੋਰ ਕਿਹੜਾ ਆਉਂਦਾ ਹੋਰ ਕੋਈ ਉੜ ਜਾ ਕਾਲੇ ਕੰਮ ਆਉਂਦਾ ਉਹ ਇਸ ਵਿੱਚ ਸੁਣਾ ਦੇ ਹਾਂ ਸੁਣਾ ਦੇ ਇੱਕ ਥੋੜ੍ਹਾ ਜਿਹਾ ਹੋਰ ਸੁਣਦੇ ਹਾਂ ਤਾਂਤੀ ਸਾਜ ਆ ਤਾਂਤੀ ਮਤਲਬ ਤਾਰਾਂ ਵਾਲੇ ਪੰਜਾਬ 'ਚ ਇਹਨਾਂ ਨੂੰ ਤਾਂਤੀ ਸਾਜ ਜਿਨ੍ਹਾਂ ਨੇ ਤਾਰਾਂ ਪਈਆਂ ਹੁੰਦੀਆਂ ਇਹਨਾਂ ਨੂੰ ਤਾਂਤੀ ਸਾਜ ਕਹਿੰਦੇ ਇਹਦਾ ਨਾਮ ਕੀ ਆ ਰਾਵਣ ਥਾ ਰਾਵਣ ਥਾ ਰਾਵਣ ਥਾ ਥਾ ਰਾਵਣ ਥਾ ਦਾ ਮਤਲਬ ਰਾਵਣ ਥਾ ਇਸ ਸਾਜ਼ ਦਾ ਨਾਮ ਹੈ ਰਾਵਣ ਥਾ ਰਾਵਣ ਦਾ ਨਾਮ ਨਾਲ ਜੁੜਦਾ ਇਹੀ ਹੈ ਨਾ ਆਪਾਂ ਗਲਤ ਨਾ ਬੋਲਦੀ ਹੋਰ ਐਵੇਂ ਰਾਵਣ ਥਾ ਬੋਲਦੇ ਇਹਨੂੰ ਅੱਛਾ ਇਹ ਕਿੰਨੇ ਕੁ ਟਾਈਮ 'ਚ ਸਿੱਖਿਆ ਤੂੰ ਇਹ ਤਾਂ ਬਹੁਤ ਪੁਰਾਣਾ ਸਿੱਖਿਆ ਹੋਇਆ ਕਿੰਨੇ ਕੁ ਸਾਲ ਹੋ ਗਏ ਛੋਟੇ ਸਾਈ ਲੱਗਿਆ ਥਾ ਛੋਟੇ ਦਾ ਹੀ ਲੱਗਿਆ ਤਾਂ ਹੀ ਇੰਨਾ ਵਧੀਆ ਵਜਾ ਲੈਣਾ ਇਹ ਫਿਰ ਸਾਜ਼ਾਂ ਸੂਜ਼ਾਂ 'ਚ ਨਹੀਂ ਕਦੇ ਟਰਾਈ ਕੀਤੀ ਗਾਣਿਆਂ ਦੇ ਪਿੱਛੋਂ ਸਾਜ਼ਾਂ ਦੀ ਲੋੜ ਪੈਂਦੀ ਆ ਉੱਥੇ ਨਹੀਂ ਕਦੇ ਟਰਾਈ ਕੀਤਾ ਹਾਂ ਕੋਈ ਕੋਈ ਮਿਲ ਜਾ ਤੇ ਕੋਈ ਗਾਣ ਵਾਲਾ ਕਲਾਕਾਰ ਹੁੰਦਾ ਨਾ ਉਹ ਫਿਰ ਮਿਲ ਜਾ ਤੇ ਉਹ ਗਾਣਾ ਗਾਤੇ ਉਸਕੇ ਸਾਥ ਮੇਂ ਬਜਾਤੇ ਹੋ ਬਜਾ ਲੈਣਾ ਕੋਈ ਵੀ ਗਾਵੇ ਉਹਦੇ ਨਾਲ ਬਜਾ ਦੇਣਾ ਰਾਗ ਫੜ ਲੈਣਾ ਠੀਕ ਆ ਤੇਰੀ ਇੰਨੀ ਕੁ ਮਿਹਨਤ ਹੋ ਚੁੱਕੀ ਆ ਠੀਕ ਹੈ ਤੇ ਇਹਦੇ ਨਾਲ ਪੂਰਾ ਗੁਜ਼ਾਰਾ ਗੁਜ਼ਰਾ ਇਹਨੂੰ ਵਧੀਆ ਚੱਲਦਾ ਠੀਕ ਚੱਲਦਾ ਠੀਕ ਚੱਲਦਾ ਤੇ ਤੇਰਾ ਨਾਮ ਵਿਸ਼ਨੂੰ 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 ਫਰੋਮ ਰਾਜਸਥਾਨ ਰਾਜਸਥਾਨ ਤੋਂ ਆਇਆ ਹੈ ਲਓ ਜੀ ਵਿਸ਼ਨੂੰ ਬਾਈ ਹੈ ਕਲਾਕਾਰੀ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਹੈ ਵਿਸ਼ਨੂੰ ਬਾਈ ਦੇ ਅਤੇ ਬਾਈ ਰਾਜਸਥਾਨ 'ਚੋਂ ਆਇਆ ਹੈ ਨਾ
ਠੀਕ ਹੈ ਪੰਜਾਬ ਚ ਆਇਆ ਮੇਲੇ ਮੂਲਿਆਂ ਤੇ ਉਹਨਾਂ ਤੇ ਗਾਉਣਾ ਪਰ ਦੁਆ ਕਰਦੇ ਆ ਵੀ ਤੈਨੂੰ ਕੋਈ ਵੀਡੀਓ ਚ ਦੇਖੇ ਤੇ ਤੇਰਾ ਕੋਈ ਬਾਹ ਫੜੇ ਕੋਈ ਮਿਊਜ਼ੀਸ਼ੀਅਨ ਹੀ ਫੜ ਲਵੇ ਹਨਾ ਵੀ ਤੂੰ ਵਧੀਆ ਸਾਜ਼ ਵਜਾਉਣਾ ਤੇ ਗਾਉਣ ਚ ਨਹੀਂ ਤਾਂ ਵਜਾਉਣ ਚ ਵੀ ਸਹੀ ਹਨਾ ਪਰ ਤੇਰੇ ਕੋਲੇ ਦੋਨੇ ਜਿਹੜੇ ਕਲਾਵਾਂ ਨੇ ਨਾ ਪੂਰਾ ਸੰਪੂਰਨ ਆ ਤੋ ਬਾਈ ਮੇਰੇ ਬਣੀ ਤਾਂ ਠੀਕ ਆ ਨਾ ਬੈਸਟ ਆਫ ਲੱਕ ਵੀਰੇ ਵਿਸ਼ਨੂੰ ਬਾਈ ਐਂ ਵਜਾਉਂਦਾ ਰਹੇ ਵਧੀਆ ਵਜਾਉਂਦਾ ਰਹੇ ਤੈਨੂੰ ਗਾਣੇ ਗੁਣੇ 'ਚ ਬਾਬਾ ਚਾਂਸ ਦੇਵੇ ਕੋਈ ਅਤੇ ਤੂੰ ਵੀ ਮਸ਼ਹੂਰ ਹੋਵੇਂ ਕਿਉਂ ਬਾਈ ਜੀ ਹੋਣਾ ਚਾਹੀਦਾ ਕਿ ਨਹੀਂ ਬਾਈ ਬਾਈਆਂ ਨੇ ਵੀ ਮਦਦ ਕੀਤੀ ਮੰਡੀ 'ਚ ਅਤੇ ਬਾਈਆਂ ਨੇ ਵੀ ਤਿਲ ਫੁੱਲ ਭੇਟਾ ਕੀਤੀ ਕਿਉਂਕਿ ਪਰਿਵਾਰ ਨਾਲ ਬੈਠਾ ਅਤੇ ਬਾਈਆਂ ਨੇ ਬਾਈ ਧੰਨਵਾਦ ਤੇਰਾ ਵੀ ਵਿਸ਼ਨੂੰ ਬਾਈ ਤੁਹਾਨੂੰ ਸਾਨੂੰ ਗਾਣਾ ਸੁਣਾਉਣ ਦੇ ਲਈ ਅਤੇ ਇਹ ਬਾਈ ਵਿਸ਼ਨੂੰ ਜਿਹਨੇ ਬਹੁਤ ਅੱਛਾ ਸਾਜ਼ ਵਜਾਇਆ ਤਾਂਤੀ ਸਾਜ਼ ਰਾਵਣ ਥਾ ਜਿਹਨੂੰ ਕਹਿੰਦੇ ਆ ਤਾਰਾਂ ਵਾਲਾ ਅਤੇ ਤੁਹਾਨੂੰ ਉਮੀਦ ਕਰਦੇ ਹਾਂ ਬਹੁਤ ਵਧੀਆ ਲੱਗਿਆ ਹੋਊ ਟੈਲੈਂਟ ਧਰਤੀ 'ਚੋਂ ਹੀ ਹੁੰਦਾ ਧਰਤੀ 'ਚੋਂ ਨਿਕਲ ਰਿਹਾ ਬਾਈ ਅਤੇ ਧਰਤੀ ਨਾਲ ਹਜੇ ਜੁੜਿਆ ਹੋਇਆ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਹੋਵੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਗੱਲ ਪੰਜਾਬ ਪੰਜਾਬੀਅਤ ਪੰਜਾਬ ਦੀ ਮਨਜੋਤ ਮਾਜਰਾ ਨਾਲ ਵਿਦਾ ਲੈਂਦਾ ਹਾਂ ਕੈਮਰਾਮੈਨ ਅਮਿਤ ਕੁਮਾਰ ਦੇ ਨਾਲ ਧੰਨਵਾਦ।